एक बार फिर तुहाडा स्वागत करदे आं प्रोग्राम ब्रेन बस्ट विद डॉक्टर शारदा। बड़ी खुशी की गल है कि हर हफ्ते तुसी इस प्रोग्राम नूं मान दिओ। तुसी बड़े अपने डिफरेंट डिफरेंट जिहड़े तुहाडे व्यूज़ हुंदे ने ਉਹ ਵੀ ਦਿੰਦੇ ਹੋ, ਚੰਗੇ ਮਾੜੇ ਅਸੀਂ ਸਭ ਦੀ ਰਿਸਪੈਕਟ ਕਰਦੇ ਹਾਂ। ਇਨਫੈਕਟ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਮਾੜੇ ਜਿਹੜੇ ਨੇ ਉਹ ਥੋੜ੍ਹਾ ਜ਼ਿਆਦਾ ਦਿਆ ਕਰੋ ਤਾਂ ਕਿ ਸਾਨੂੰ ਸਮਝ ਆਵੇ ਕਿ ਅਸੀਂ ਇਸ ਪ੍ਰੋਗਰਾਮ ਨੂੰ ਕਿੱਦਾਂ ਬੈਟਰ ਬਣਾ ਸਕਦੇ ਹਾਂ। ਅੱਜ ਦੇ ਇਸ ਪ੍ਰੋਗਰਾਮ 'ਤੇ ਸਾਡਾ ਛੋਟਾ ਜਿਹਾ ਪ੍ਰੋਗਰਾਮ ਹੋਏਗਾ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਗੈਸਟ ਹੈਗੇ ਨੇ ਬਲਦੇਵ ਦੋਹਰੇ, ਜਿਹੜੇ ਕਿ ਤੁਸੀਂ ਜਾਣਦੇ ਹੋ ਕਿ ਰਾਈਟਰ ਹੈਗੇ ਨੇ, ਇਕੋਨੋਮਿਸਟ ਹੈਗੇ ਨੇ ਔਰ ਥਿੰਕ ਟੈਂਕ ਦੇ ਨਾਲ ਜਿਹੜੇ ਨੇ ਇਨਵੋਲਵ ਹੈਗੇ ਨੇ। ਦੂਜੇ ਸਾਡੇ ਗੈਸਟ ਨੇ ਬੜੇ ਸਪੈਸ਼ਲ, ਡਾਕਟਰ ਸੁੱਚਾ ਸਿੰਘ ਗਿੱਲ। ਪੰਜਾਬ ਦੀ ਬਹੁਤ ਇਕੋਨਮੀ ਦੇ ਉੱਪਰ ਇਹਨਾਂ ਦੀ ਬੜੀ ਤਿੱਖੀ ਨਜ਼ਰ ਹੈ ਔਰ ਇਹ ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਸੀਗੇ ਔਰ ਬਾਅਦ ਦੇ ਵਿੱਚ ਹੁਣ ਇਹ CRRID ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਸੈਂਟਰ ਹੈਗਾ ਉਹਦੇ ਇਹ ਡਾਇਰੈਕਟਰ ਹੈਗੇ ਨੇ ਔਰ ਮੇਰੇ ਛੋਟੇ ਭਰਾ ਹਰਜੀਤ ਸਿੰਘ ਗਿੱਲ ਜਿਹੜੇ ਨੇ ਉਹ ਹਮੇਸ਼ਾ ਦੀ ਤਰ੍ਹਾਂ ਮੇਰੀ ਰਿਕੁਐਸਟ ਦੇ ਉੱਪਰ ਸਾਡੇ ਨਾਲ ਹੈਗੇ ਨੇ। ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਉਂਕਿ ਡਾਕਟਰ ਸੁੱਚਾ ਸਿੰਘ ਗਿੱਲ ਬੜੇ ਸਪੈਸ਼ਲ ਅੱਜ ਸਾਡੇ ਲਈ ਆਏ ਨੇ, ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ। ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਗਿੱਲ ਸਾਹਿਬ ਮੈਂ ਅੱਜ ਹੁਣ ਇਸ ਲਈ ਜ਼ਿਆਦਾ ਸਵਾਲ ਨਹੀਂ ਕਰਾਂਗਾ, ਸਿੱਧਾ ਹੀ ਤੁਹਾਨੂੰ ਪੁੱਛਾਂਗੇ ਕਿ ਪੰਜਾਬ ਦੀ ਜਿਹੜੀ ਇਕੋਨਮੀ ਆ, ਕਿਆ ਮਨਪ੍ਰੀਤ ਬਾਦਲ ਇਸ ਵਕਤ ਉਸ ਨੂੰ ਕਿਸੇ ਸਿਰੇ ਚੜ੍ਹਾ ਸਕਦਾ ਜਾਂ ਨਹੀਂ? ਦੇਖੋ, ਅੱਜ ਲੋਕਾਂ ਨੂੰ ਆਸ ਬਹੁਤ ਹੈ ਕਿ ਸਰਕਾਰ ਨਵੀਂ ਜਿਹੜੀ ਬਣੀ ਹੈ ਔਰ ਇਹਨਾਂ ਨੇ ਵਾਅਦੇ ਵੀ ਕੀਤੇ ਨੇ ਕਿ ਉਹਨੂੰ ਕੁਛ ਨਵੀਂ ਦਿਸ਼ਾ ਦੇਣਗੇ ਔਰ ਉਹਨਾਂ ਦਿਸ਼ਾ ਦੇ ਵਿੱਚ ਤਿੰਨ ਚਾਰ ਚੀਜ਼ਾਂ ਲੋਕ ਜ਼ਰੂਰ ਐਕਸਪੈਕਟ ਕਰਦੇ ਨੇ। ਇੱਕ ਦਿਸ਼ਾ ਉਹ ਹੈ ਕਿ ਜਿਹਦੇ 'ਚ ਜਿਹੜਾ ਐਂਟਰਪ੍ਰੀਨਿਓਰ ਆ, ਜਿਹੜਾ ਬੰਦਾ ਕੰਮ ਆਪਣਾ ਕਰਨਾ ਚਾਹੁੰਦਾ ਹੈ, ਉਹਦੇ ਰਸਤੇ 'ਚ ਜਿਹੜੀਆਂ ਪੋਲੀਟੀਕਲ ਰੁਕਾਵਟਾਂ ਸੀਗੀਆਂ, ਪੋਲੀਟੀਕਲ ਕਲਾਸ ਵੱਲੋਂ ਕੀਤੀਆਂ ਜਾਂਦੀਆਂ ਸੀਗੀਆਂ, ਭਾਵੇਂ ਟਰਾਂਸਪੋਰਟ ਦਾ ਬਿਜ਼ਨਸ ਹੋਵੇ, ਭਾਵੇਂ ਰੀਅਲ ਇਸਟੇਟ ਦਾ ਕੰਮ ਹੋਵੇ, ਭਾਵੇਂ ਇੰਡਸਟਰੀ ਦਾ ਕੰਮ ਹੋਵੇ, ਭਾਵੇਂ ਰੇਤੇ ਬਜਰੀ ਦਾ ਕੰਮ ਹੋਵੇ, ਉਹ ਰੁਕਾਵਟਾਂ ਲੋਕ ਐਕਸਪੈਕਟ ਕਰਦੇ ਨੇ ਕਿ ਦੂਰ ਕਰਨਗੇ ਅਤੇ ਰੂਲ ਆਫ ਲਾਅ ਇਸਟੈਬਲਿਸ਼ ਕਰਨਗੇ, ਜਿਹਨਾਂ ਨੂੰ ਮੈਂ ਸਮਝਦਾ ਕਿ ਕਿਹਾ ਜਾਂਦਾ ਕਿ ਇੰਸਟੀਟਿਊਸ਼ਨਲ ਜਿਹੜੇ ਬੈਰੀਅਰ ਨੇ ਡਿਵੈਲਪਮੈਂਟ ਦੇ ਉਹ ਦੂਰ ਕਰਨਗੇ। ਦੂਸਰਾ, ਲੋਕ ਆਸ ਕਰਦੇ ਨੇ ਕਿ ਜਿਹੜੀ ਆਪਣੀ ਬਜਟਰੀ ਸਕਿੱਲ ਦੇ ਨਾਲ ਇਹ ਕੁਛ ਪੈਸਾ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਵਿੱਚ ਪੈਸਾ ਜ਼ਿਆਦਾ ਲਾਉਣਗੇ ਤਾਂ ਕਿ ਜਿਹੜੀ ਸਾਡਾ ਅਰਬਨ ਇਨਫਰਾਸਟ੍ਰਕਚਰ ਹੈ, ਸਾਡੇ ਸ਼ਹਿਰ ਨੇ ਜਿਹੜੇ, ਉਹਨਾਂ 'ਚ ਬਿਜਲੀ, ਪਾਣੀ, ਉਹਨਾਂ ਦਾ ਇੰਟਰਨਲ ਸਟਰਕਚਰ, ਟਰਾਂਸਪੋਰਟ ਸਿਸਟਮ ਇੰਪਰੂਵ ਕਰੇ, ਬਿਜਲੀ ਲੋਕਾਂ ਨੂੰ ਅਵੇਲੇਬਲ ਹੋਵੇ ਤਾਂ ਕਿ ਜਿਹੜਾ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਕਰ ਸਕੇ, ਜੋ ਆਪਣੀ ਸੁਖੀ ਜ਼ਿੰਦਗੀ ਜੀਣਾ ਚਾਹੁੰਦਾ ਉਹਨੂੰ ਸੁੱਖ ਸਹੂਲਤ ਮਿਲੇ, ਜੋ ਐਜੂਕੇਸ਼ਨ ਲੈਣੀ ਚਾਹੁੰਦਾ ਲੈ ਸਕੇ। ਸੋ ਇਹ ਦੋ ਵੱਡੀਆਂ ਚੀਜ਼ਾਂ ਲੋਕ ਇਹਨਾਂ ਤੋਂ ਐਕਸਪੈਕਟ ਕਰਦੇ ਨੇ। ਜਿਹੜਾ ਇਹਨਾਂ ਨੇ ਪਹਿਲਾ ਬਜਟ ਸ਼ੁਰੂ ਕੀਤਾ ਹੈਗਾ ਉਹਦੇ 'ਚ ਦੋ ਤਿੰਨ ਛੋਟੀਆਂ ਛੋਟੀਆਂ ਸ਼ੁਰੂਆਤੀ ਗੱਲਾਂ ਕੁਛ ਨਜ਼ਰ ਆਉਂਦੀਆਂ ਨੇ। ਇੱਕ ਤਾਂ ਇਹਨਾਂ ਨੇ ਜਿਹੜੇ ਠੇਕੇ ਨੇ ਉਹਦੇ 'ਚ ਕੁਛ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਰੇਤ ਬਜਰੀ ਦੇ ਬਿਜ਼ਨਸ ਇਹਨਾਂ ਨੇ ਕੁਛ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਦੇ ਆਪਣੇ ਜਿਹੜੇ ਪਾਰਟੀ ਦੇ ਬੰਦੇ ਨੇ ਉਹ ਕਰਪਸ਼ਨ 'ਚ ਥੋੜ੍ਹੇ ਬਹੁਤੇ ਇਨਵੋਲਵ ਹੋ ਗਏ। ਬੜੀ ਥੋੜ੍ਹੇ ਬਹੁਤੇ ਨਹੀਂ, ਇਹ ਗੱਲ ਤਾਂ ਦਿਲ ਖੋਲ੍ਹ ਕੇ ਕਹੋ, ਥੋੜ੍ਹੇ ਬਹੁਤੇ ਨਹੀਂ ਨਜ਼ਰ ਆ ਰਿਹਾ ਐਡਾ ਵੱਡਾ ਮਿਨਿਸਟਰ, ਪਾਵਰ ਮਿਨਿਸਟਰ ਨਹੀਂ। ਉਹ ਇਨਵੋਲਵ ਹੋਣ ਤੋਂ ਬਾਅਦ ਜਿਹੜਾ ਸੈਕਿੰਡ ਰਾਊਂਡ ਦੇ ਵਿੱਚ ਚੱਲਿਆ, ਇਹ ਲੋਕ ਐਕਸਪੈਕਟ ਕਰਦੇ ਕਿ ਇਹ ਇੰਸਟੀਟਿਊਸ਼ਨਲ ਬੈਰੀਅਰ ਜਿਹੜਾ ਪਹਿਲਾਂ ਦੂਰ ਕਰਨਗੇ। ਦੂਸਰਾ ਹੈ ਕਿ ਇਹ ਆਸ ਕੀਤੀ ਜਾਂਦੀ ਹੈ ਕਿ ਟੈਕਸ ਕਲੈਕਸ਼ਨ ਜਿਹੜੀ ਆ ਉਹਨੂੰ ਇਮਾਨਦਾਰੀ ਦੇ ਨਾਲ ਕਰਨਗੇ ਔਰ ਜਿਹੜਾ ਟੈਕਸ ਕਲੈਕਸ਼ਨ ਦਾ ਵਧੀਆ ਪੈਸਾ ਹੈ ਉਹ ਡਿਵੈਲਪਮੈਂਟ ਵਾਸਤੇ ਲਾਉਣਗੇ, ਕੁਛ ਲੋਕਾਂ ਦੇ ਵੈਲਫੇਅਰ 'ਤੇ ਲਾਉਣਗੇ। ਇੱਕ ਜਿਹੜੀ ਬੜੀ ਭਿਆਨਕ ਕਿਰਿਆ ਵਾਪਰ ਰਹੀ ਹੈ ਪੰਜਾਬ ਦੇ ਵਿੱਚ, ਉਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਆਤਮ ਹੱਤਿਆਵਾਂ ਦਾ, ਉਹਦੇ ਵਿੱਚ ਖਾਸ ਤਵੱਜੋ ਦੇ ਕੇ ਪਲਾਨਿੰਗ ਕਰਕੇ ਜਿਹੜੀ ਹੈ ਉੱਧਰ ਤਵੱਜੋ ਦੇਣਗੇ। ਲੇਕਿਨ ਮੈਂ ਸਮਝਦਾ ਕਿ ਇਹ ਜਿਹੜੀ ਸ਼ੁਰੂਆਤ ਹੈ ਉਹ ਕਾਫੀ ਨਹੀਂ ਹੈ, ਉਹਦੇ 'ਚ ਕਾਫੀ ਘਾਟ ਹੈ, ਕਿਉਂਕਿ ਇਕੱਲਾ ਕਰਜ਼ਾ ਮਾਫ਼ ਕਰਨ ਦੇ ਨਾਲ ਜਿਹੜਾ ਨਾ ਖੇਤ ਮਜ਼ਦੂਰ ਬਣਨਾ ਹੈ ਅਤੇ ਨਾ ਕਿਸਾਨ ਨੇ ਬਚਣਾ ਹੈਗਾ। ਉਹਦੇ ਵਾਸਤੇ ਇੱਕ ਵਿਉਂਤਬੰਦੀ ਦੀ ਲੋੜ ਹੈ ਜਿਹ 'ਚ ਜਿਹੜੀ ਖੇਤੀ ਹੈ ਉਹਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਔਰ ਲੋਕਾਂ ਵਾਸਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ, ਤਾਂ ਕਿ ਜਿਹੜਾ ਮਜ਼ਦੂਰ ਹੈ ਉਹ ਭੁੱਖਾ ਮਰਨ ਦੀ ਬਜਾਏ ਉਹਨੂੰ ਕੰਮ ਮਿਲੇ ਔਰ ਇਮਾਨਦਾਰੀ ਨਾਲ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਸਕੇ। ਤੀਸਰੀ ਗੱਲ ਜਿਹੜੀ ਲੋਕ ਐਕਸਪੈਕਟ ਕਰਦੇ ਆ ਉਹ ਹੈ ਰੈਸ਼ਨਲਾਈਜੇਸ਼ਨ ਔਫ ਸਬਸਿਡੀਜ਼, ਕਿ ਜਿਹੜੀਆਂ ਸਬਸਿਡੀ ਜਿਹੜੀਆਂ ਨੇ ਜਿਨ੍ਹਾਂ ਦਾ ਫਾਇਦਾ ਆਮ ਬੰਦੇ ਨੂੰ ਨਹੀਂ ਹੈ ਜਾਂ ਇੱਕ ਸਮਾਲ ਸੈਕਸ਼ਨ ਜਿਹੜਾ ਉਹਦਾ ਬੈਨੀਫਿਟ ਲੈਂਦਾ ਹੈਗਾ, ਉਹਨਾਂ ਨੂੰ ਰੈਸ਼ਨਲਾਈਜ਼ ਕਰਕੇ
ਅਤੇ ਉਹਨਾਂ ਨੂੰ ਸਿਰਫ ਤਿੰਨ ਹਾਲਤਾਂ ਵਿੱਚ ਸਬਸਿਡੀ ਦਿੱਤੀ ਜਾ ਸਕਦੀ ਹੈ। ਪਹਿਲੀ ਹਾਲਤ ਹੈ ਕਿ ਜੇ ਬਹੁਤ ਕੋਈ ਗਰੀਬ ਬੰਦਾ ਹੈ ਤਾਂ ਉਹਨੂੰ ਸਬਸਿਡੀ ਦੇਣੀ ਚਾਹੀਦੀ ਹੈ। ਦੂਜੀ ਹਾਲਤ ਹੈ ਕਿ ਜੇ ਨਵੀਂ ਟੈਕਨੋਲੋਜੀ ਕੋਈ ਇੰਟਰੋਡਿਊਸ ਕਰਨੀ ਚਾਹੀਦੀ ਹੈ ਉਹਦੇ 'ਚ ਸਬਸਿਡੀ ਦੇਣੀ ਚਾਹੀਦੀ ਹੈ। ਤੀਜੀ ਗੱਲ ਹੈ ਕਿ ਜੇ ਕਿਸੇ ਚੀਜ਼ ਨੂੰ ਅਸੀਂ ਹੋਰ ਇਨਕਰੇਜ ਕਰਨਾ ਪ੍ਰੋਡਕਸ਼ਨ ਦੀ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਉਹਦੇ 'ਤੇ ਸਬਸਿਡੀ ਦੇਣੀ ਚਾਹੀਦੀ ਹੈ। ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਬਸਿਡੀ ਦਾ ਕੇਂਦਰ ਹੈ ਉਹ ਸਿਰਫ ਜਿਹੜਾ ਹੈ ਉਹ ਵੋਟ ਬੈਂਕ ਦੇ ਆਧਾਰ 'ਤੇ ਹੈ, ਉਹਨੂੰ ਰੈਸ਼ਨਲ ਜਿਹੜਾ ਆਧਾਰ ਹੈ ਉਹਦੇ 'ਤੇ ਬੇਸ ਨਹੀਂ ਹੈ। ਉਹ 'ਚ ਸਿਰਫ ਦਾਲ ਆਟਾ ਦੀ ਜਿਹੜੀ ਸਬਸਿਡੀ ਹੈ ਉਹ ਦੀ ਜਸਟੀਫਿਕੇਸ਼ਨ ਬਣਦੀ ਹੈ। ਜਿਹੜੀ ਬਿਜਲੀ ਦੀ ਸਬਸਿਡੀ ਹੈ ਅਤੇ ਪਾਣੀ ਦੀ ਸਬਸਿਡੀ ਹੈ ਇਹਦਾ ਸਿਰਫ 5% ਕਿਸਾਨਾਂ ਨੂੰ ਫਾਇਦਾ ਹੋ ਰਿਹਾ। 95% ਜਿਹੜੀ ਸਬਸਿਡੀ ਹੈ ਉਹ ਜਿਹੜੇ ਵੱਡੇ ਕਿਸਾਨ ਨੇ 10% ਕਿਸਾਨ ਨੇ ਉਹਨਾਂ ਨੂੰ ਫਾਇਦਾ ਹੁੰਦਾ ਹੈ। ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਦੀ 33% ਸ਼ੇਅਰ ਹੈ ਔਰ ਜਿਹੜੇ ਮੱਧ ਦਰਜੇ ਦੇ ਕਿਸਾਨ ਨੇ ਇਹ ਮਿਲਾ ਕੇ 50% ਬਣ ਜਾਂਦੇ ਆ, ਉਹਨਾਂ ਨੂੰ 10-15% ਸ਼ੇਅਰ ਮਿਲਦਾ। ਇਸ ਕਰਕੇ ਇਹਦੀ ਰੈਸ਼ਨਲਾਈਜੇਸ਼ਨ ਜਿਹੜੀ ਆ ਉਹ ਲੋਕ ਤਵੱਕੋਂ ਕਰਦੇ ਆ ਔਰ ਇਹ ਸਮਝਦੇ ਨੇ ਲੋਕ ਕਿ ਜਿਹੜੀ ਪੰਜਾਬ ਦਾ ਐਗਰੀਕਲਚਰ ਡਿਵੈਲਪਮੈਂਟ ਹੈ ਉਹਨੂੰ ਇੰਡਸਟਰੀਅਲ ਡਿਵੈਲਪਮੈਂਟ ਨਾਲ ਇਹ ਜੋੜ ਸਕਣ, ਇਹ ਲੋਕਾਂ ਦੀ ਆਸ ਹੈ ਇਹਨਾਂ ਤੋਂ। ਬਲਦੇਵ ਜੀ, ਜਿਹੜਾ ਗੌਰਮੈਂਟ ਜਦੋਂ ਕੋਈ ਫਾਰਮਰ ਸੁਈਸਾਈਡ ਕਰ ਲੈਂਦਾ, ਹਾਂਜੀ, 5 ਲੱਖ ਰੁਪਇਆ ਦੇ ਦਿੱਤਾ ਜਾਂ ਕਿਸੇ ਹੋਰ ਨੇ ਸੁਈਸਾਈਡ ਕਰ ਲਈ ਉਹਨੂੰ 2-4 ਲੱਖ ਦੇ ਦਿੱਤਾ, ਇਹ ਜਿਹੜਾ ਪੈਸਾ ਦੇਣ ਹੈ ਇਹ ਤਾਂ ਕੋਈ ਹੱਲ ਨਹੀਂ ਹੈਗਾ। ਹੱਲ ਤਾਂ ਇਹ ਹੈ ਕਿ ਕਿਸਾਨ ਸੁਈਸਾਈਡ ਕਰੇ ਹੀ ਨਾ। ਬਿਲਕੁਲ। ਅੱਛਾ, ਫਿਰ ਇਹਦਾ ਤੁਸੀਂ ਕੀ ਸਮਝਦੇ ਹੋ ਕਿ ਇਹ ਕੋਈ ਹੱਲ ਇਹਦਾ? ਇਹ ਪ੍ਰੈਜੈਂਟ ਗੌਰਮੈਂਟ ਪਹਿਲਾਂ ਨੇ ਵੀ ਕੁਛ ਨਹੀਂ ਕੀਤਾ। ਖੈਰ, ਇਹ ਸਿਰਫ ਪੰਜਾਬ ਦੀ ਪ੍ਰੋਬਲਮ ਨਹੀਂ ਹੈਗੀ, ਇਹ ਅਸੀਂ ਦੇਖਦੇ ਪਏ ਹਾਂ ਮਹਾਰਾਸ਼ਟਰ ਦੇ ਵਿੱਚ ਬਹੁਤ ਹੀ ਜ਼ਿਆਦਾ, ਹਾਂਜੀ, ਹੋਰਾਂ ਜਗ੍ਹਾ 'ਤੇ ਵੀ ਬਹੁਤ ਜ਼ਿਆਦਾ। ਨਹੀਂ ਨਹੀਂ, ਮਹਾਰਾਸ਼ਟਰ ਜੀ ਸਭ ਤੋਂ ਜ਼ਿਆਦਾ, ਮਹਾਰਾਸ਼ਟਰ ਇਜ਼ ਨੰਬਰ 1, ਖੁਦਕੁਸ਼ੀਆਂ ਦੀ ਗੱਲ ਕਰ, ਹਾਂਜੀ, ਮਹਾਰਾਸ਼ਟਰ ਇਜ਼ ਨੰਬਰ 1, ਹਾਂਜੀ। ਉਹ ਮੇਰਾ ਮਤਲਬ ਵੀ ਇਹਦਾ ਕੀ ਤੁਹਾਨੂੰ ਨਜ਼ਰ ਆ? ਇਹ ਗੱਲ ਸ਼ਰਦ ਸਾਹਿਬ ਇਹ ਆ ਕਿ ਜਦੋਂ ਵੀ ਸੁਸਾਇਟੀ ਜਿਹੜੀ ਆ ਨਾ ਐਗਰੀਕਲਚਰਲ ਇਕੋਨਮੀ ਤੋਂ ਅੱਗੇ ਲੰਘ ਕੇ ਇੰਡਸਟਰੀਅਲ ਇਕੋਨਮੀ ਵੱਲ ਨੂੰ ਜਾਂਦੀ ਆ ਤਾਂ ਬਹੁਤ ਬਿਗ ਡਿਸਲੋਕੇਸ਼ਨ ਹੁੰਦੀ ਆ। ਪੁਰਾਣੇ ਪ੍ਰੋਫੈਸ਼ਨ ਜਿਹੜੇ ਆ ਨਾ ਉਹ ਵਾਇਬਲ ਨਹੀਂ ਰਹਿੰਦੇ ਇਕਨੋਮਿਕਲੀ, ਅਤੇ ਉਹਨਾਂ ਦੇ ਉੱਤੇ ਉਹ ਜਿਹੜੀ ਉਹ ਜਿਹੜਾ ਉਹਦਾ ਅਸਰ ਹੁੰਦਾ ਆ ਇਨਸਾਨੀ ਜ਼ਿੰਦਗੀ 'ਤੇ ਉਹ ਇੱਕ ਬਹੁਤਾ ਹੀ ਭੈੜਾ ਅਸਰ ਹੁੰਦਾ ਅਤੇ ਕਈ ਲੋਕ ਫਿਰ ਉਹ ਸਟਰਗਲ ਛੱਡ ਜਾਂਦੇ ਔਰ ਸੁਈਸਾਈਡ ਕਰਨ ਲੱਗ ਪੈਂਦੇ। ਔਰ ਸੁਈਸਾਈਡ ਜਿਹੜੀ ਆ ਨਾ ਇਸ ਦਰਜੇ ਤੱਕ ਇਸ ਲੈਵਲ ਤੱਕ ਹੋਣੀ ਹਿੰਦੁਸਤਾਨ ਦੇ ਵਿੱਚ ਇਸ ਗੱਲ ਦੀ ਪ੍ਰਤੀਕ ਆ ਕਿ ਇਹ ਜਿਹੜੀ ਟ੍ਰਾਂਜੀਸ਼ਨ ਆ ਐਗਰੀਕਲਚਰ ਤੋਂ ਇੰਡਸਟਰੀਅਲ ਇਕੋਨਮੀ ਵੱਲ ਨੂੰ ਇਹਨੂੰ ਪ੍ਰੋਪਰਲੀ ਮੈਨੇਜ ਨਹੀਂ ਕੀਤਾ ਜਾ ਰਿਹਾ। ਜਿਹੜੇ ਅਸੀਂ ਬਹੁਤ ਵਾਰੀ ਇਹ ਡਿਸਕਸ ਕੀਤੀ ਆ ਇਹ ਗੱਲ ਕਿ ਜਿਹੜਾ ਕਿਸਾਨ ਆ ਇਹਨੂੰ ਵਾਇਬਲ ਕਿੱਦਾਂ ਕੀਤਾ ਜਾ ਸਕਦਾ, ਕਿੱਦਾਂ ਉਹਨੂੰ ਮੁੜ ਕੇ ਉਹਦਾ ਜਿਹੜਾ ਪ੍ਰੋਫਿਟ ਆ ਉਹ ਰਿਸਟੋਰ ਕੀਤਾ ਜਾ ਸਕਦਾ ਜਾਂ ਉਹਨੂੰ ਮੁੜ ਕੇ ਬਹਾਲ ਕੀਤਾ ਜਾ ਸਕਦਾ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ। ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨਾਂ ਦੀ ਜਿਹੜੀ ਹੁਣ ਸਬ ਡਿਵੀਜ਼ਨ ਨਾਲ ਜ਼ਮੀਨ ਬੜੀ ਥੋੜ੍ਹੀ ਰਹਿ ਗਈ ਆ ਅਤੇ ਜਿਹੜੀ ਮਸ਼ੀਨਰੀ ਆ ਉਹ ਫੀਜ਼ੇਬਲ ਨਹੀਂ ਹੈ। ਥੋੜ੍ਹੀ ਮਸ਼ੀਨ ਵਾਲਾ ਬੰਦਾ ਟਰੈਕਟਰ ਲਵੇ 4-5 ਏਕੜ ਵਾਲਾ ਜਾਂ ਈਵਨ 2.5 ਏਕੜ ਵਾਲਾ। ਸੋ ਮਸ਼ੀਨਾਂ ਜਿਹੜੀਆਂ ਆ ਉਹ ਇਕੱਠੇ ਹੋ ਕੇ ਕੋਆਪਰੇਟਿਵ ਬੇਸਿਸ 'ਤੇ ਜਾਂ ਕਾਰਪੋਰੇਟ ਬੇਸਿਸ 'ਤੇ ਇਹਨਾਂ ਨੂੰ ਉਹ ਮਸ਼ੀਨਾਂ ਲੈਣੀਆਂ ਚਾਹੀਦੀਆਂ। ਜਦੋਂ ਫਰਜ਼ ਕਰੋ ਪਿੰਡ ਦੇ ਵਿੱਚ ਜੇ 2 ਜਾਂ 3 ਜਾਂ 4 ਟਰੈਕਟਰ ਜਿਹੜੇ ਉਹ ਸਾਂਝੇ ਹੋਣ, ਜਿਹੜੇ ਸਾਰਿਆਂ ਦੀ ਜ਼ਮੀਨ ਨੂੰ ਵਾਹੁਣ, ਕੁਛ ਇਹੋ ਜਿਹਾ ਕਦਮ ਲਏ ਜਾਣੇ ਚਾਹੀਦੇ। ਇਹ ਇੱਕ ਮਤਲਬ ਡਾਇਰੈਕਸ਼ਨ ਹੈ ਕਿ ਜਿੱਧਰ ਨੂੰ ਸੋਚਿਆ ਜਾ ਸਕਦਾ। ਇੱਕ ਥੋੜ੍ਹੀ ਜਿਹੀ ਡਾਈਵਰਸੀਫਿਕੇਸ਼ਨ ਦੀ ਬਹੁਤ ਲੋੜ ਹੈ। ਜਿਹੜੇ ਕਿਸਾਨ ਹੈ ਨਾ ਇਹਨਾਂ ਨੂੰ ਸਾਈਡ 'ਤੇ ਇਨਕਮ ਦੇਣ ਲਈ ਕਈ ਕਿਸਮ ਦੇ ਜਿਹੜੇ ਆ ਨਾ ਉਹ ਕੀਤੇ ਜਾ ਸਕਦੇ ਆ। ਫੂਡ ਪ੍ਰੋਸੈਸਿੰਗ ਹੋ ਸਕਦੀ ਆ ਜਾਂ ਅੱਜ ਕੱਲ੍ਹ ਹੁਣ ਜਿਹੜੇ ਆ ਇਜ਼ਰਾਈਲ ਦੇ ਵਿੱਚ ਤੁਸੀਂ ਜਾ ਕੇ ਦੇਖੋ ਉਹਨਾਂ ਨੇ ਜਿਹੜੀ ਹਾਈਡਰੋਪੋਨਿਕ ਐਗਰੀਕਲਚਰ ਸ਼ੁਰੂ ਕੀਤੀ ਆ, ਮੈਨੂੰ ਪਤਾ ਜੀ ਮੈਂ ਗਿਆ, ਹਾਂਜੀ, ਉਹ ਆਟੋਮੈਟਿਕ ਆ, ਉਹਦੇ ਵਿੱਚ ਲੇਬਰ ਬੜੀ ਘੱਟ ਆ ਅਤੇ ਉਹ 'ਚ ਯੀਲਡ ਬਹੁਤ ਜ਼ਿਆਦਾ ਆ ਅਤੇ ਕਿਸਾਨਾਂ ਨੂੰ ਜਿਹੜੇ ਖਾਸ ਕਰ ਸ਼ਹਿਰਾਂ ਦੇ ਨੇੜੇ ਆ ਉਹ ਇਹ ਕੰਮ ਕਰ ਸਕਦੇ ਆ। ਮਤਲਬ ਦੂਜੇ ਅਰਥਾਂ 'ਚ ਇਹ ਆ ਕਿ ਇਨਸਾਨ ਦੀ ਸੋਚ ਜਿਹੜੀ ਆ ਉਹ ਰੋਕ ਰਹੀ ਆ ਇਸ ਵੇਲੇ ਅਤੇ ਹਾਲਾਤ ਜਿਹੜੇ ਆ ਨਾ ਉਹ ਇੱਕ ਟ੍ਰਾਂਜੀਸ਼ਨ ਦੇ ਵਿੱਚ ਆ, ਉਹਨੂੰ ਸਮਝ ਕੇ ਉਹਨੂੰ ਸੋਚ ਕੇ ਸਰਕਾਰ ਨੂੰ ਇਹ ਕੰਮ ਕਰਨਾ ਅੱਗੇ ਤੁਰਨਾ ਚਾਹੀਦਾ। ਜੀ ਜੀ, ਤੁਸੀਂ ਮੈਨੂੰ ਪਤਾ ਕਿ ਤੁਹਾਡਾ ਬੜਾ ਇਸ ਵਕਤ ਟਾਈਮ, ਤੁਸੀਂ ਸਮਝਦੇ ਹੋ ਕਿ ਆਪਾਂ ਗਿੱਲ ਸਾਹਿਬ ਤੋਂ ਮੈਕਸੀਮਮ ਲਈਏ। ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ, ਤੁਸੀਂ ਫਾਰਮਰ ਹੋ? ਨਹੀਂ, ਕੋਈ ਗੱਲ ਨਹੀਂ, ਲਾਹ ਲੈ ਲਾਂਗੇ ਤੁਹਾਡਾ ਵੀ, ਤੁਸੀਂ ਉਹ ਕੋਈ ਗੱਲ ਨਹੀਂ, ਆਪਣੇ ਅਸੀਂ ਸਾਰੇ ਬੈਠੇ ਹੋਏ ਹਾਂ। ਮੈਂ ਤੁਹਾਡਾ ਵੀ ਲਾਹ ਲੈਣਾ ਚਾਹੁੰਦਾ ਕਿ ਮੈਨੂੰ ਤੁਸੀਂ ਇਹ ਦੱਸੋ ਕਿ ਐਜ਼ ਏ ਫਾਰਮਰ ਜਿਹੜੀ ਸਬਸਿਡੀ ਮਿਲਦੀ ਆ, ਮਤਲਬ 10 ਕਿੱਲੇ ਤੋਂ ਉੱਪਰ ਵਾਲਿਆਂ ਨੂੰ ਅਤੇ ਜਿਹੜੀ ਸਬਸਿਡੀ ਮਿਲਦੀ ਆ 2-2.5 ਕਿੱਲੇ ਵਾਲਿਆਂ ਨੂੰ,
ਉਹਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਕੀ ਫਰਕ ਹੋਣਾ ਚਾਹੀਦਾ? ਡਾਕਟਰ ਸਾਹਿਬ, ਪਾੜਾ ਤਾਂ ਹੈ, ਜਿਵੇਂ ਦੂੜੇ ਸਾਹਿਬ ਨੇ ਦੱਸਿਆ, ਪਾੜਾ ਤਾਂ ਜ਼ਰੂਰ ਹੈ ਕਿ ਜਿਹੜੇ ਵੱਡੇ ਕਿਸਾਨ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਡਾਕਟਰ ਸਾਹਿਬ ਨੇ ਸਟੈਟਿਸਟੀਕਲ ਤਰੀਕੇ ਸਾਨੂੰ ਸਟੈਟਿਸਟਿਕਸ ਦੱਸਿਆ ਕਿ 50% ਜਿਹੜੀ ਛੋਟੀ ਕਿਸਾਨੀ ਆ ਉਹਦੇ ਤੱਕ ਉਹ ਚੀਜ਼ ਨਹੀਂ ਪਹੁੰਚਦੀ ਜਾਂ ਘੱਟ ਪਹੁੰਚਦੀ ਹੈ, ਰੇਸ਼ੋ 'ਚ ਵੀ ਘੱਟ ਪਹੁੰਚਦੀ ਹੈ ਉਨੀ। ਇਹ ਗੱਲ ਆਪਣੀ ਥਾਂ ਆ ਡਾਕਟਰ ਸਾਹਿਬ ਦੇ ਨਾਲ ਜਿਹੜੀ ਆਪਾਂ ਕਰ ਰਹੇ ਹਾਂ, ਪਰ ਮੈਨੂੰ ਇੱਦਾਂ ਲੱਗਦਾ ਆ ਕਿ ਸਬਸਿਡੀ ਦਾ ਜਦੋਂ ਅਸੀਂ ਮਸਲਾ ਵਿਚਾਰਦੇ ਹਾਂ ਨਾ, ਉਹਦੇ ਨਾਲ ਦੀ ਨਾਲ ਜਿੰਨਾ ਚਿਰ ਐਗਰੀਕਲਚਰ ਨੂੰ ਮਾਡਰਨ ਲੀਹਾਂ 'ਤੇ ਲਿਆ ਕੇ ਉਹਨੂੰ ਲਾਹੇਵੰਦ ਧੰਦਾ ਬਣਾਉਣ ਨਾਲ ਨਹੀਂ ਵੱਧਦੇ, ਭਾਵੇਂ ਜਿੰਨੀ ਮਰਜ਼ੀ ਸਬ ਡਿਵੀਜ਼ਨ ਹੋ ਗਈ ਹੈ ਛੋਟੀ, ਜੇ ਉਹ 'ਚੋਂ ਆਪਾਂ ਕਿਸਾਨੀ 'ਚੋਂ ਕੋਈ ਲੋਕਾਂ ਨੂੰ ਬਾਹਰ ਵੀ ਕੱਢਣਾ, ਇੰਡਸਟਰੀ ਵਾਲੇ ਪਾਸੇ ਵੀ ਪਾਉਣਾ, ਪਰ ਖੇਤੀ ਨੂੰ ਆਪਾਂ ਬਿਲਕੁਲ ਮਰਨ ਨਾ ਦਈਏ, ਉਹਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇ ਤਾਂ ਕਿ ਇਹਨਾਂ ਚੀਜ਼ਾਂ ਵੱਲ ਲੋਕਾਂ ਨੂੰ ਵੇਖਣ ਦੀ ਲੋੜ ਨਾ ਪਵੇ। ਜਿਹੜੀ ਗੱਲ ਡਾਕਟਰ ਸਾਹਿਬ ਕੋਲ ਮੈਂ ਜਾਣਨੀ ਚਾਹੁੰਦਾ ਜੀ, ਕਿਉਂਕਿ ਬਹੁਤ ਸਮਾਂ ਅੱਜ ਕੱਲ੍ਹ ਸਰ ਕੋਲ ਬਹੁਤ ਸੀਮਤ ਹੈ, ਅਤੇ ਉਹਦੇ ਵਿੱਚ ਇੱਕ ਦੋ ਚੀਜ਼ਾਂ ਮੈਂ ਡਾਕਟਰ ਸਾਹਿਬ ਨੇ ਬੜੀ ਵੱਡੀ ਆਸ ਬਣਾਈ ਆ ਕਿ ਨਵੀਂ ਸਰਕਾਰ ਕੋਲੋਂ ਲੋਕਾਂ ਨੂੰ ਇਹ ਵੀ ਉਮੀਦ ਹੈ, ਇਹ ਵੀ ਉਮੀਦ, ਬਹੁਤ ਸਾਰੀਆਂ ਗਣਾਤੀਆਂ ਇਹਨਾਂ ਨੇ। ਮੈਂ ਇਹਨਾਂ ਕੋਲ ਜਾਣਨਾ ਚਾਹੁੰਦਾ ਕਿ ਜਿਹੜੀ ਮੌਜੂਦਾ ਕੈਪਟਨ ਸਾਹਿਬ ਦੀ ਸਰਕਾਰ ਹੈ ਕਾਂਗਰਸ ਦੀ, ਇਹ ਇੱਕ ਤਾਂ ਉਹਨਾਂ ਦੀਆਂ ਪੋਲੀਟੀਕਲ ਜਿਹੜੀਆਂ ਹੈਗੀਆਂ ਨੇ ਕੰਪਲਸ਼ਨ ਇੱਕ ਉਹ, ਅਤੇ ਦੂਜਾ ਉਹਨਾਂ ਦੀ ਵਿਲ ਪਾਵਰ, ਕੀ ਇਹਨਾਂ ਨੂੰ ਇਹ ਸਭ ਕੁਝ ਕਰਨ ਦੀ ਇਜਾਜ਼ਤ ਦੇਣਗੀਆਂ ਜਾਂ ਉਸੇ ਹੀ ਉਹ ਚੱਕਰਵਿਊ ਚੁਲਝੇ ਰਹਿਣਗੇ? ਦੇਖੋ, ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਸੰਭਾਵਨਾਵਾਂ ਨੇ, ਲੇਕਿਨ ਜਿਹੜੀ ਤੁਸੀਂ ਗੱਲ ਗਿਣਾ ਰਹੇ ਇੱਕ ਪੋਲੀਟੀਕਲ ਕੰਸਟ੍ਰੇਂਟ ਹੈ, ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਪਾਰਟੀ ਹੈ, ਜਿਹੜੀ ਉਹ ਜਮਾਤ ਹੈ, ਉਹਨਾਂ 'ਚੋਂ ਬਹੁਤੇ ਬੰਦੇ ਜਿਹੜੇ ਨੇ ਉਹ ਪੁਰਾਣੀ ਸਰਕਾਰ ਦੀ ਤਰਜ਼ 'ਤੇ ਲੁੱਟਮਾਰ ਕਰਨਾ ਚਾਹੁੰਦੇ ਨੇ, ਜਿਹ 'ਚ ਜ਼ਿਕਰ ਆਇਆ ਕਿ ਉਹਨਾਂ ਦੇ ਇੱਕ ਮੰਤਰੀ ਨੇ ਜਿਹੜੇ ਆ ਉੱਥੇ ਰੇਤੇ ਦੇ ਠੇਕਿਆਂ ਦੇ ਵਿੱਚ ਆਪਣੇ ਨੌਕਰ ਨੂੰ ਪਾ ਕੇ ਅਤੇ ਲੈਣ ਦੀ ਕੋਸ਼ਿਸ਼ ਕੀਤੀ, ਆਪਣੇ ਨੌਕਰ ਜਿਹੜੇ ਨੇ ਤਿੰਨਾਂ ਦੇ ਰਾਹੀਂ ਉਹਨੇ ਠੇਕੇ ਲੈਣ ਦੀ ਕੋਸ਼ਿਸ਼ ਕੀਤੀ। ਇਹ ਉਹਦੀ ਬੜੀ ਵੱਡੀ ਲਿਮੀਟੇਸ਼ਨ ਹੈ ਕਿ ਜਿਸ ਪਾਰਟੀ ਨੂੰ ਕੈਪਟਨ ਸਾਹਿਬ ਹੈੱਡ ਕਰ ਰਹੇ ਨੇ ਉਹ ਪਾਰਟੀ ਦੇ ਬਹੁਤੇ ਮੈਂਬਰ ਜਿਹੜੇ ਨੇ ਉਹ ਇਸ ਸੰਭਾਵਨਾ ਵੱਲ ਜਾਣ ਦੇ ਰਸਤੇ 'ਚ ਰੁਕਾਵਟ ਨੇ, ਉਹ ਕਿਸ ਹੱਦ ਤੱਕ ਉਹਨਾਂ ਨੂੰ ਕੰਟਰੋਲ ਕਰ ਸਕਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਕੈਪਟਨ ਦੀ ਜਿਹੜੀ ਆਪਣੀ ਪਰਸਨੈਲਿਟੀ ਹੈ, ਕਿਉਂਕਿ ਉਹਨਾਂ ਦੇ ਨਾਂ 'ਤੇ ਬਹੁਤੇ ਲੋਕ ਇਲੈਕਸ਼ਨ ਜਿੱਤੇ ਨੇ, ਉਹਨਾਂ ਦਾ ਦਾਬਾ ਵੀ ਅਜੇ ਤੱਕ ਹੈਗਾ, ਜੇ ਉਹ ਅਸਰਟ ਕਰਨ ਤਾਂ ਕਾਫੀ ਹੱਦ ਤੱਕ ਉਹ ਇਹਨੂੰ ਮੋੜਾ ਦੇ ਸਕਦੇ ਨੇ ਕੈਰੋਂ ਸਾਹਿਬ ਦੀ ਤਰਜ਼ 'ਤੇ। ਦੂਸਰੀ ਕੰਸਟ੍ਰੇਂਟ ਜਿਹੜੀ ਹੈ ਉਹ ਹੈ ਕਿ ਪਿਛਲੇ 30-32 ਸਾਲ ਦਾ ਜਿਹੜਾ ਸਾਡਾ ਤਜਰਬਾ ਹੈ ਐਡਮਿਨਿਸਟ੍ਰੇਸ਼ਨ ਦਾ, ਉਹ 'ਚ ਪੰਜਾਬ ਦਾ ਬੰਦਾ ਨਾ ਤਾਂ ਬਿੱਲ ਦੇਣ ਨੂੰ ਤਿਆਰ ਹੈ, ਨਾ ਪਾਣੀ ਦਾ ਬਿੱਲ ਦੇਣ ਨੂੰ ਤਿਆਰ ਹੈ, ਨਾ ਬਿਜਲੀ ਦਾ ਬਿੱਲ ਦੇਣ ਨੂੰ ਤਿਆਰ ਹੈ, ਨਾ ਉਹ ਟੈਕਸ ਦੇਣ ਨੂੰ ਤਿਆਰ ਹੈ। ਸੋ ਇਹਦੀ ਜਿਹੜੀ ਕੰਪਲਾਇੰਸ ਕਰਾਉਣ ਵਾਲੀ ਗੱਲ ਹੈਗੀ ਹੈ, ਇਹਦੇ ਵਿੱਚ ਬੜੀ ਮਿਹਨਤ ਨਾਲ ਇਹ ਕੰਮ ਠੀਕ ਕੀਤਾ ਜਾ ਸਕਦਾ। ਇਸ ਕਰਕੇ ਉਹਨਾਂ ਨੂੰ ਆਪਣੀ ਟੀਮ ਬਣਾਉਂਦੇ ਸਮੇਂ, ਉਹਨਾਂ ਨੂੰ ਆਪਣੇ ਜਿਹੜੇ ਸਲਾਹਕਾਰ ਨਿਯੁਕਤ ਕਰਨ ਦੇ ਸਮੇਂ ਐਸੇ ਬੰਦੇ ਲੱਭਣੇ ਚਾਹੀਦੇ ਨੇ ਜਿਹੜੇ ਕਿ ਉਹਨਾਂ ਨੂੰ ਠੀਕ ਕਿਸਮ ਦੀ ਸਲਾਹ ਦੇ ਸਕਣ, ਔਰ ਜਿਹੜੀ ਠੀਕ ਕਿਸਮ ਦੀ ਜਿਵੇਂ ਦੂੜੇ ਸਾਹਿਬ ਕਹਿੰਦੇ ਵੀ ਐਗਰੀਕਲਚਰ ਨੂੰ ਡਾਇਰੈਕਸ਼ਨ ਦੇਣ ਵਾਸਤੇ ਜਿਹੜੀ ਪਲਾਨਿੰਗ ਹੈ ਉਹ ਕਰ ਸਕਣ। ਕਿਉਂਕਿ ਜਿਹੜੀ ਉਹਨਾਂ ਨੇ ਬਣਾਈ ਆ ਟੀਮ, ਜਿੱਦਾਂ ਦੀ ਬਣਾਈ ਹੈ, ਜਿੱਦਾਂ ਦੇ ਉਹਨਾਂ ਦੇ ਆਲੇ ਦੁਆਲੇ ਬੰਦੇ ਇਕੱਠੇ ਹੋਏ ਨੇ, ਉਹ 'ਚ ਸੰਭਾਵਨਾਵਾਂ ਘੱਟ ਲੱਗਦੀਆਂ ਨੇ। ਗਿੱਲ ਸਾਹਿਬ 1776 ਦੇ ਵਿੱਚ ਅਮੈਰੀਕਾ ਜਿਹੜਾ ਸੀ ਆਜ਼ਾਦ ਹੋਇਆ ਸੀਗਾ, ਬੇਸਿਕਲੀ 90% ਜਿਹੜੇ ਸੀ ਐਗਰੀਕਲਚਰ ਦੇ ਸੀਗੇ, 90%। ਅੱਜ ਸਿਰਫ 6% ਐਗਰੀਕਲਚਰਸ ਨੇ। ਉਹਨਾਂ ਜਿਹੜੇ ਐਗਰੀਕਲਚਰਸ ਦੀ ਸਾਈਕੀ ਸੀਗੀ ਉਹ ਚੇਂਜ ਹੋਈ, ਔਰ ਉਹ ਜਿਹੜੇ ਐਗਰੀਕਲਚਰ ਸੀਗੇ ਉਹ ਬਕਾਇਦਾ ਇੰਡਸਟਰੀ ਦੇ ਵਿੱਚ ਔਰ ਦੂਜੇ ਰੁਝਾਨ ਦੇ ਵਿੱਚ ਪੈ ਗਏ। ਕਿਆ ਸਾਡੀ ਜਿਹੜੀ ਪੰਜਾਬ ਦੇ ਫਾਰਮਰ ਦੀ ਸਾਈਕੀ ਹੈਗੀ ਆ, ਹਾਂਜੀ, ਨਸ਼ਿਆਂ ਤੋਂ ਅਲੱਗ ਹਟ ਕੇ, ਹਾਂਜੀ, ਹੋਰਾਂ ਚੀਜ਼ਾਂ ਤੋਂ ਅਲੱਗ ਹਟ ਕੇ, ਕਿਆ ਉਹ ਆਪਣੇ ਆਪ ਨੂੰ ਚੇਂਜ ਕਰ ਸਕਦੇ ਨੇ ਜਾਂ ਨਹੀਂ? ਇਹ ਸਭ ਤੋਂ ਵੱਡਾ ਸਵਾਲ ਹੈ, ਨਾ ਕਿ ਇਹ ਕਿ ਗਵਰਨਮੈਂਟ ਕੀ ਕਰੇਗੀ ਜਾਂ ਹੋਰ ਕੀ ਕਰੇਗੀ, ਲੋਕ ਕੀ ਕਰਨਗੇ? ਜ਼ਮੀਨ ਅਟੈਚਮੈਂਟ ਹੈ ਜਿਹੜੀ ਸਾਡੇ ਫਾਰਮਰ ਦੀ। ਮੈਂ ਤੁਹਾਨੂੰ ਇੱਕ ਜਿਹੜਾ ਜਿਹੜੇ ਬੜੇ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਇਫੈਕਟ ਨਹੀਂ ਪਤਾ ਕਿ 1990-91 ਤੱਕ ਪੰਜਾਬ ਦੀ ਜਿਹੜੀ ਵਰਕਫੋਰਸ ਹੈ ਉਹਦਾ 50% ਦੇ ਕਰੀਬ ਐਗਰੀਕਲਚਰ ਨਿਰਭਰ ਸੀਗਾ, ਇਸ ਵੇਲੇ ਉਹ 35% ਰਹਿ ਗਿਆ। ਸੋ 65% ਸਾਡੀ ਵਰਕਫੋਰਸ ਜਿਹੜੀ ਆ ਪੰਜਾਬ ਦੇ 'ਚ ਉਹ ਐਗਰੀਕਲਚਰ ਨਿਰਭਰ ਨਹੀਂ ਹੈ। ਸੋ ਪੰਜਾਬ ਦਾ ਕਾਫੀ ਵੱਡਾ ਹਿੱਸਾ ਪਾਪੂਲੇਸ਼ਨ ਐਸਾ ਹੈ ਜਿਹੜਾ ਜਿਹੜੇ ਤੁਸੀਂ ਚਾਹੁੰਦੇ ਜੇ ਕੰਮ ਕਰਨ ਨੂੰ ਤਿਆਰ ਹੈਗਾ। ਲੋਕ ਬੇਸ਼ੱਕ ਪਿੰਡਾਂ 'ਚ ਰਹਿ ਰਹੇ ਨੇ, ਲੇਕਿਨ ਉਹ ਕੰਮ ਸ਼ਹਿਰਾਂ 'ਚ ਆਣ ਕੇ ਕਰ ਰਹੇ ਨੇ ਜਾਂ ਕੋਈ ਹੋਰ ਐਗਰੀਕਲਚਰ ਤੋਂ ਇਲਾਵਾ ਧੰਦਾ ਕਰ ਰਹੇ ਨੇ। ਸੋ ਸਾਈਕੀ ਦੀ ਉਨੀ ਪ੍ਰੋਬਲਮ ਨਹੀਂ ਜਿੰਨੀ ਕਿ ਜਿਹੜੇ ਬੈਰੀਅਰ ਨੇ ਉਹ ਹਟਾਉਣ ਦੀ ਲੋੜ ਹੈ। ਇਕੱਲੇ ਫਾਈਨੈਂਸ਼ੀਅਲ ਬੈਰੀਅਰ ਨਹੀਂ ਹੈ, ਜਿਵੇਂ ਸਾਡੇ ਦਿਮਾਗ 'ਚ ਆਉਂਦਾ ਕਿ ਲੋਕ ਉਹਨਾਂ ਕੋਲ ਪੈਸਾ ਹੈ ਨਹੀਂ ਜਾਂ ਸਰਕਾਰ ਸਾਰਾ ਕਰੇ।
कुछ इंस्टीट्यूशनल बैरियर ने। मैं पिछले 1.5 साल पहला लुधियाने के इंडस्ट्रियलिस्ट की मीटिंग अटेंड करके आया, उन्होंने जो प्राइवेटली मेरे नाल गल्लां कीतियां वो सीगियां कि वो पैसे भी देने नूं तैयार ने पोलिटिकल क्लास नूं, लेकिन वो ये नहीं चाहते कि उन्होंने बिजनेस उन्हों का शेयर होवे। सो ये जिहड़ा वर्तारा हैगा जिन्हों प्रीडेटरी एक्सट्रैक्शन कहिंदे आ, ये जे बंद करो तो पंजाब का जिहड़ा इंडस्ट्रियलिस्ट है, पंजाब के लोग काफ़ी कम करने तैयार ने। सो अपार्ट फ्रॉम फाइनैंशियल कंसट्रेंट जिहड़े ने, जिहड़ा इंस्टीट्यूशनल रुकावट है रस्ते दे विच, एक ये पिछले 30 सालों बिल्ड हुई है, 79-80 तक ये समस्या नहीं सी। सो ये जे दूर कर लीए तो दूसरी गल है कि जिहड़ी खेती है उन्हूं मोड़ा देिए, मोड़ा दो पासे देने की लोड़ है। एक तो है कि अज साडा किसान जिहड़ा सिर्फ कणक झोना पैदा करता है तो फिर मंडी च सुट्टन जाता, वेचण नहीं जाता, तो उन्हूं जे असी जिहड़ियां हाई वैल्यू क्राप्स वल लै लीए, कि हाई वैल्यू क्राफ्ट अज कणक ते झोना नहीं है, हाई वैल्यू क्राफ्ट फल ने, सब्जियां ने, दाला ने, तेल दे बीज ने, इन्हां वल लै जाइए। दूसरी जिहड़ी गल करन दी लोड़ है कि उन्हूं सिर्फ कल्ला प्रोड्यूसर दी बजाए जे उन्हूं असी कोई ट्रेनिंग दे के उहदी प्रोसैसिंग च पा लईए, कणक नूं जदों आटे च कन्वर्ट कर लैंदे उहदी कीमत दुगनी हो जाती है, सिर्फ 1 रुपया प्रति किलो उहदे ते खर्च आउंदा है। सो ये किसान नहीं कर रहा, उन्हूं ट्रेन करके जे असी वैल्यू एडिशन दे विच पा लईए तो असी पंजाब दे किसान दी आमदन डबल कर सकते हैं। तीसरा हिस्सा है मार्केटिंग का, अज सारी दी सारी मार्केट वाया आड़तिया हो रही है प्राइवेट सैक्टर राही, जे जापान की तरह सारी दी सारी मार्केटिंग किसानों के कोऑपरेटिव राही कर लीए तो वह काफ़ी वड्डा हिस्सा जिहड़ा हैगा 7-8 हज़ार करोड़ सालाना जिहड़ा हैगा वह आड़तिया की जेब जाने की बजाय किसानों की जेब जा सकदा। तो एक किस्म का जिहड़ा सर्कल है कि जे एग्रीकल्चर ते इंडस्ट्री नूं जोड़न वाला सर्कल है वह पैदा किया जा सकता। सो अगर जे मौजूदा सरकार इस सर्कल वालू कोशिश करे तो यह संभावना है, जे ना कर सकी तो फिर जो अगे 30-35 साल हुंदा रहे उही होगा। गिल साहब सीधा जिहा सवाल है तुहानू कि पहलों किसान और किसान की फैमिली खुद कम करती सी हाँ। अपने खेतों के हाँ। अज 90% किसान खेतों के कम कर नहीं करता ਇਹ ਜਿਹੜੀ ਘਾਟ ਹੈ ਈਵਨ 2 ਏਕੜ ਵਾਲਾ ਵੀ ਕਿਸਾਨ ਖੁਦ ਇਹ ਜਿਹੜੀ ਬੜੀ ਵੱਡੀ ਪ੍ਰੋਬਲਮ ਹੈ। ਮੈਨੂੰ ਯਾਦ ਆ ਮੇਰੀ ਨਾਨੀ ਹੁੰਦੀ ਸੀ ਜੀ ਹੈਡਮਿਸਟ੍ਰੈਸ, ਮੈਂ ਜਾਣਾ ਡੇਰਾ ਬਾਬਾ ਨਾਨਕ ਪਿੰਡਾਂ ਜਾਣਾ, 4 ਵਜੇ ਕਿਸਾਨ ਨੇ ਆਪਣੇ ਹੱਲ ਮੋਢੇ 'ਤੇ ਰੱਖ ਕੇ 2 ਬਾਲ ਅੱਗੇ ਲੈ ਕੇ ਚਲੇ ਜਾਣਾ ਹੈ ਜੀ, 9-10 ਵਜੇ ਤੱਕ ਇੱਕ ਖੇਤ 1 ਏਕੜ ਹੀ ਸਿਰਫ ਉਹ ਕਰਦਾ ਸੀਗਾ, ਖੇਤ ਕਰਕੇ ਵਾਪਸ ਆ ਜਾਣਾ, ਅਗਲੇ ਦਿਨ ਫਿਰ ਚਲੇ ਜਾਣਾ। ਇਹ ਜਿਹੜੀ ਸਾਈਕੀ ਹੈ ਨਾ ਕੰਮ ਕਰਨ ਦੀ, ਅਗਰ ਇਹੋ ਹੀ ਸਾਈਕੀ ਜਿਹੜੀ ਹੈ ਉਹ 90% ਬਣ ਚੁੱਕੀ ਹੈ ਤਾਂ ਫਿਰ ਕਿੱਦਾਂ ਤਰੱਕੀ ਹੋਏਗੀ? ਨਹੀਂ ਇਹ ਮੇਰਾ ਖਿਆਲ ਹੈ ਪਹਿਲਾਂ ਤਾਂ ਜਿਹੜੀ ਟੈਕਨੋਲੋਜੀ ਆ ਗਈ ਖੇਤੀਬਾੜੀ ਦੀ, ਪਹਿਲਾਂ ਖੇਤੀਬਾੜੀ ਦੀ ਟੈਕਨੋਲੋਜੀ ਸੀਗੀ ਬਲਦਾਂ ਦੀ ਖੇਤੀ, ਹੁਣ ਟੈਕਨੋਲੋਜੀ ਖੇਤੀਬਾੜੀ ਦੀ ਹੈ। ਪੰਜਾਬ 'ਚ ਜਿਹੜਾ 2003 'ਚ ਸਰਵੇ ਹੋਇਆ NSSO ਦਾ 66ਵਾਂ ਰਾਉਂਡ, ਉਹਦੇ 'ਚ ਪਾਇਆ ਗਿਆ ਕਿ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਵੀ ਬਲਦਾਂ ਨਾਲ ਖੇਤੀ ਨਹੀਂ ਹੁੰਦੀ, ਸਾਰੀ ਖੇਤੀ ਟਰੈਕਟਰ ਨਾਲ ਹੋ ਰਹੀ ਹੈ। ਸੋ ਜਦੋਂ ਟਰੈਕਟਰ ਨਾਲ ਖੇਤੀ ਕਰਾਂਗੇ ਤਾਂ ਉਹ ਫਿਰ ਕਿਰਾਏ 'ਤੇ ਬਹੁਤੇ ਲੋਕਾਂ ਨੂੰ ਟਰੈਕਟਰ ਲਿਆਉਣਾ ਪੈਂਦਾ। ਇਸੇ ਤਰ੍ਹਾਂ ਜਿਹੜੀ ਹਾਰਵੈਸਟਿੰਗ ਹੈ, ਪਹਿਲਾਂ ਮੈਨੂਅਲ ਸੀ ਸਾਰੀ, ਕਟਾਈ ਆਪ ਕਰਦੇ ਸੀਗੇ, ਗਹਾਈ ਆਪ ਕਰਦੇ ਸੀਗੇ, ਉਹ ਹੁਣ ਕੰਬਾਈਨ ਆ ਗਈ ਆ। ਸੋ ਇਸ ਕਰਕੇ ਕੰਮ ਦੇ ਅਪਰਚੁਨਿਟੀ ਖਤਮ ਹੋ ਗਈਆਂ ਨੇ। ਨਹੀਂ ਪਰ ਮੈਂ ਡਾਕਟਰ ਸਾਹਿਬ ਮੈਂ ਤੁਹਾਡਾ ਐਗਰੀ ਨਹੀਂ ਕਰਦਾ, ਕਿਉਂਕਿ 2 ਏਕੜ ਵਾਲਾ ਤਾਂ ਨਹੀਂ ਨਾ ਲਿਆ ਸਕਦਾ ਕੰਬਾਈਨ। ਨਹੀਂ ਨਹੀਂ ਉਹ ਇਸ ਕਰਕੇ 2 ਏਕੜ ਵਾਲਾ ਤਾਂ ਨਹੀਂ ਕੰਬਾਈਨ ਲਿਆ ਸਕਦਾ, ਕਿਰਾਏ ਤੇ ਲਿਆਉਂਦੇ ਨਾ, ਕਿਰਾਏ ਤੇ ਲਿਆਉਂਦੇ ਨਾ। ਕੰਬਾਈਨ ਜਿਹੜੀ ਆ ਇਸ ਤਰ੍ਹਾਂ ਨਹੀਂ, ਜੇ ਤੁਸੀਂ ਆਪ ਵੱਢਦੇ ਜੇ ਤੇ ਫਿਰ ਉਹਨੂੰ ਥਰੈਸ਼ ਕਰਨ ਵਾਸਤੇ ਤੁਹਾਡੇ ਕੋਲ ਥਰੈਸ਼ਿੰਗ ਮਸ਼ੀਨ ਨਹੀਂ ਹੈ, ਜੇ ਤਾਂ ਤੁਹਾਡੇ ਕੋਲ ਆਪ ਟੈਕਨੋਲੋਜੀ ਹੋਵੇ ਨਾ ਸਾਰੀ ਫਿਰ ਤਾਂ ਕਰ ਲਓ। ਹੁਣ ਉਹਦੇ ਕੋਲ ਬਲਦ ਹੈ ਨਹੀਂ ਗੇ, ਉਹ ਗਾਏ ਕਿਵੇਂ? ਸੋ ਉਹ ਮਜਬੂਰੀ ਦੇ ਵਿੱਚ ਉਹਨੂੰ ਕੰਬਾਈਨ ਤੋਂ ਕਣਕ ਕਟਾਉਣੀ ਪੈਂਦੀ ਹੈ। ਦੂਸਰੀ ਗੱਲ ਇਹ ਆ ਕਿ ਕਣਕ ਜਿਹੜੀ ਹੈ ਜਾਂ ਝੋਨਾ ਜਿਹੜਾ ਹੈਗਾ ਉਹਨੂੰ ਵੱਢ ਕੇ ਇਮੀਡੀਏਟਲੀ ਉਹਨੇ ਮੰਡੀ 'ਚ ਲਿਆਉਣਾ ਹੁੰਦਾ ਅਤੇ ਜੇ ਮੀਂਹ ਪੈ ਜੇ ਤਾਂ ਉਹ ਖਰਾਬ ਹੋ ਜਾਂਦਾ। ਸੋ ਇਸ ਕਰਕੇ ਰਿਸਕ ਨਹੀਂ ਬੇਅਰ ਕਰ ਸਕਦਾ, ਖਾਦ ਪਾਈ ਹੈ, ਖਰਚ ਕੀਤਾ ਹੈਗਾ। ਸੋ ਇਸ ਕਰਕੇ ਦੇਖਿਆ ਇਹ ਗਿਆ ਹੈ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਬਜ਼ੀ ਬੀਜਦੇ ਨੇ ਕਿਸਾਨ, ਮਲੇਰਕੋਟਲਾ ਜਿਵੇਂ ਜਿੱਥੇ ਫਲ ਦੀ ਫਸਲ ਕਰਾਉਂਦੇ ਨੇ, ਲੁਧਿਆਣੇ 'ਚ ਬੜੇ ਬੀਜਦੇ ਨੇ, ਲੁਧਿਆਣੇ ਦੇ ਬੇਟ ਦੇ ਇਲਾਕੇ 'ਚ ਬੜੇ, ਉੱਥੇ ਲੋਕ ਆਪ ਕੰਮ ਕਰਦੇ ਨੇ। ਔਰ ਉਹ 'ਚ ਇੱਕ ਹੋਰ ਹੈ ਕਿ ਸਬਜ਼ੀ ਦੇ ਵਿੱਚ ਜ਼ਿਆਦਾ ਸਾਡੀ ਲੋਕਲ ਫੀਮੇਲ ਲੇਬਰ ਕੰਮ ਕਰਦੀ ਆ, ਇਹ ਮਤਲਬ ਜਿਹੜੀ ਸਮਝਣ ਦੀ ਲੋੜ ਆ, ਆਲੂਆਂ ਦੀ ਖੇਤੀ ਦੇ ਵਿੱਚ ਸਾਡੀ ਬਹੁਤੀ ਜਿਹੜੀ ਲੇਬਰ ਹੈ ਫੀਮੇਲ ਲੇਬਰ ਕੰਮ ਕਰਦੀ ਆ। ਸੋ ਇਹ ਜਿਹੜਾ ਇੱਕ ਧਾਰਨਾ ਬਣ ਗਈ ਹੈ ਕਿ ਬੰਦਾ ਕੰਮ ਨਹੀਂ ਕਰਨਾ ਚਾਹੁੰਦਾ, ਐਕਚੁਅਲੀ ਕੰਮ ਦੀਆਂ ਅਪਰਚੁਨਿਟੀ ਖਤਮ ਹੋ ਗਈਆਂ ਨੇ। ਡਾਕਟਰ ਮੈਂ ਇਹ ਗੱਲ ਕਰਨੀ ਆ, ਬਾਰ ਬਾਰ ਨਹੀਂ ਆਪਣੇ ਕੋਲ ਸਮਾਂ ਮੁੱਕ ਗਿਆ, ਬਾਰ ਬਾਰ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਪੰਜਾਬ ਦਾ ਕਿਸਾਨ ਵਿਹਲੜ ਹੋ ਗਿਆ,
वो बच्चे खेती करनी नहीं चाहते। एक मैनू तो लगता है कि गिनी मिथी साजिश के थ्रू ये गल साढ़े थोपी जा रही है, जदों के जो तुम कह रहे हो कि काम करने एवेन्यू ही नहीं है, उत्थे ये काम किया नहीं जा सकता। एक तो जी सब डिवीजन होगी खेती की इन्नी छोटी है कि उत्थे काम करने का कोई स्कोप ही नहीं है। मैं तुहाडे नाल रस्ते डिस्कस करता आया सी कि मैं खुद करके देखा कि तुम एक जे मध दर्जे के भी किसान जे ਤੁਸੀਂ ਪੂਰੀ ਕੈਲਕੂਲੇਸ਼ਨ ਨਾਲ ਵੀ ਕੰਮ ਕਰਦੇ ਹੋ, ਚੋਂ ਨਿਕਲ ਪਾਉਣ ਨੂੰ ਕੁਝ ਨਹੀਂ ਆ। ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਸਾਡੀਆਂ ਨੀਤੀਆਂ ਗਲਤ ਨੇ ਤਾਂ ਕਰਕੇ ਇੱਦਾਂ ਹੋ ਰਿਹਾ। ਇੱਕ ਤਾਂ ਇਹ ਧਾਰਨਾ ਬਣਾਈ ਜਾ ਰਹੀ ਆ, ਜ਼ਬਰਦਸਤੀ ਪਾਈ ਜਾ ਰਹੀ ਆ ਕਿ ਪੰਜਾਬ ਦਾ ਕਿਸਾਨ ਵਿਹਲੜ ਹੈ ਅਤੇ ਕੰਮ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਪਹਿਲੀ ਗੱਲ ਹੈ ਕਿ ਇਹਨੂੰ ਕਨਸਪੀਰੇਸੀ ਥਿਊਰੀ 'ਚ ਨਹੀਂ ਬਿਲੀਵ ਕਰਦਾ, ਕਿਉਂਕਿ ਕਿਉਂਕਿ ਬਹੁਤਾ ਕੰਮ ਜਿਹੜਾ ਹੈ ਉਹ ਕਸਟਮ ਹਾਇਰਿੰਗ ਨਾਲ ਹੋ ਰਿਹਾ। ਇਸ ਕਰਕੇ ਇਹ ਧਾਰਨਾ ਤਾਂ ਠੀਕ ਹੈ ਵੀ ਉਹ ਕਿਸਾਨ ਨਹੀਂ ਕੰਮ ਕਰ ਰਿਹਾ, ਉਹ ਭਾੜੇ 'ਤੇ ਕੰਮ ਕਰਾ ਰਿਹਾ ਹੈਗਾ। ਇਹ ਧਾਰਨਾ ਤਾਂ ਠੀਕ ਹੈ, ਲੇਕਿਨ ਉਹਦੀ ਜਿਹੜੀ ਭਾਵਨਾ ਸਮਝਣ ਦੀ ਕੋਸ਼ਿਸ਼ ਨਹੀਂ ਹੋ ਰਹੀ ਕਿ ਉਹ ਇੱਕ ਟੈਕਨੋਲੋਜੀ ਜਿਹੜੀ ਨਵੀਂ ਆ ਗਈ ਹੈ ਉਹ ਕਿਸਾਨ ਦੇ ਕੋਲ ਸੰਦ ਹੈ ਨਹੀਂ, ਉਹਦੇ ਕੋਲ ਸਾਧਨ ਹੈ ਨਹੀਂ, ਉਹਨੂੰ ਮਜਬੂਰੀ 'ਚ ਕੰਮ ਕਰਾਉਣਾ ਪੈ ਰਿਹਾ ਹੈਗਾ। ਸੋ ਇਸ ਕਰਕੇ ਇੱਕ ਤਾਂ ਸੋਚੀ ਸਮਝੀ ਸਾਜਿਸ਼ ਨਹੀਂ ਹੈ, ਇਹ ਫੈਕਟ ਜਿਹੜਾ ਉਹਦੀ ਇੰਟਰਪ੍ਰੀਟੇਸ਼ਨ ਠੀਕ ਕਰ ਲੈਂਦੇ। ਸਾਡੇ ਅਰਜੀਤ ਸਿੰਘ ਗਿੱਲ ਜੀ ਨੇ ਹਰ ਗੱਲ ਨੂੰ ਸਮਝਦੇ ਨੇ ਬੜੀ ਵੱਡੀ ਸਾਜਿਸ਼ ਹੈ। ਨਹੀਂ ਨਹੀਂ, ਮੋਦੀ ਕਰ ਰਿਹਾ ਜਾਂ ਹੋਰ ਕੋਈ ਕਰ ਰਿਹਾ? ਨਹੀਂ ਨਹੀਂ, ਮੈਂ ਨਹੀਂ ਕਰ ਰਿਹਾ, ਮੋਦੀ ਕਰ ਰਿਹਾ। ਮੈਂ ਕਿਹਾ ਲੱਗਦਾ ਕੋਈ ਸਾਜਿਸ਼ ਹੋ ਰਹੀ ਹੈ ਸਾਡੇ। ਹੈ ਵੀ ਹੈ ਸਾਡੇ ਜਿਹੜੇ ਪੱਤਰਕਾਰੀ ਲੇਖਕ ਨੇ, ਪੱਤਰਕਾਰੀ ਦੇ ਭਾਈਚਾਰਾ ਹੈ, ਉਹ ਆਪ ਸ਼ਹਿਰ 'ਚ ਬੈਠੇ ਨੇ, ਉਹ ਉਹਨਾਂ ਨੂੰ ਉਸ ਵਰਤਾਰੇ ਦੀ ਸਮਝ ਨਹੀਂ ਹੈ ਜਿਹਦੀ ਦੂੜੇ ਸਾਹਿਬ ਗੱਲ ਕਰ ਰਹੇ ਸੀਗੇ। ਇਕੋਨਮੀ ਇੱਕ ਟ੍ਰਾਂਜੀਸ਼ਨਲ ਫੇਜ਼ 'ਚੋਂ ਸ਼ਿਫਟ ਹੋ ਰਹੀ ਹੈ, ਜਿਹ 'ਚ ਟੈਕਨੋਲੋਜੀ ਦੀ ਤਬਦੀਲੀ ਆ ਰਹੀ ਹੈ, ਉਹਨੂੰ ਉਸ ਸੰਦਰਭ 'ਚ ਸਮਝਣ ਦੀ ਲੋੜ ਹੈ। ਦੂਸਰੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਉਹਦੇ 'ਚ ਕੁਛ ਆਪਰੇਸ਼ਨ ਜਿਹੜੇ ਨੇ ਉਹ ਫਾਰਮਰਸ ਨੂੰ ਟ੍ਰਾਂਸਫਰ ਕਰਨ ਦੀ ਲੋੜ ਹੈ, ਬਿਲਕੁਲ, ਕਿ ਪੈਕਿੰਗ ਕਰੋ, ਪ੍ਰੋਸੈਸਿੰਗ ਕਰੋ, ਉਹ ਟ੍ਰੇਨਿੰਗ ਦੇਣ ਦੀ ਲੋੜ ਆ, ਲੋਕ ਆਪ ਕੰਮ ਕਰਨ ਨੂੰ ਤਿਆਰ ਹੋਣ। ਸਾਰੇ ਹਿੰਦੁਸਤਾਨ ਲੈਵਲ ਦੀ ਗੱਲ ਹੈ, ਸਾਰੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਆ ਨਾ, ਜਿੱਥੇ ਪ੍ਰੋਗਰੈਸ ਜ਼ਿਆਦਾ ਹੈ, ਜਿੱਥੇ ਐਡਵਾਂਸ ਸਟੇਜ ਹੈ, ਉੱਥੇ ਗੱਲ ਪਹਿਲਾਂ ਹੋਏਗੀ। ਸਾਡੇ ਨੇੜੇ ਹਿਮਾਚਲ ਪ੍ਰਦੇਸ਼ ਹੈ, ਪਹਿਲਾਂ ਸੇਬ ਦੇ ਫਰੂਟ ਸਾਰਾ ਦੜੇ 'ਚ ਵੇਚਦੇ ਸੀਗੇ, ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿ ਤੁਸੀਂ ਇਹਦੀ ਸੌਟਿੰਗ ਕਰੋ, ਗ੍ਰੇਡਿੰਗ ਕਰੋ, ਉਹਦੇ ਨਾਲ ਜਿਹੜਾ ਏ ਕਲਾਸ, ਏ ਗ੍ਰੇਡ, ਬੀ ਗ੍ਰੇਡ, ਸੀ ਗ੍ਰੇਡ ਹੈ, ਜਿਹੜਾ ਪਹਿਲਾ ਸੇਬ ਹੈ ਉਹ ਵੇਚਦੇ ਆ 25 ਰੁਪਈਏ ਜਾਂ 50 ਰੁਪਈਏ ਪੇਟੀ ਪੇਟੀ ਦੇ ਹਿਸਾਬ ਨਾਲ, ਦੂਸਰਾ ਜਿਹੜਾ 35 ਦੇ ਹਿਸਾਬ ਨਾਲ ਵੇਚਦੇ ਆ, ਜਿਹੜਾ ਦੜਾ ਉਹ ਫਿਰ ਸਰਕਾਰ ਜਿਹੜੀ ਆ ਉਹਦੀ ਪ੍ਰੋਸੈਸਿੰਗ ਕਰਕੇ ਜੈਮ ਵਗੈਰਾ ਕੰਬਾਈਨ ਕਰਕੇ ਪਰਵਾਨੂ ਪਰਵਾਨੂ ਦੇ ਵਿੱਚ ਕਿੰਨੀ ਵੱਡੀ ਫੈਕਟਰੀ ਲੱਗੀ ਹੋਈ ਆ ਜੀ। ਜੇ ਇਹ ਕੰਮ ਹਿਮਾਚਲ 'ਚ ਹੋ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ। ਇਹਦੇ ਵਿੱਚ ਕੁਛ ਸਪੋਰਟ ਸਰਕਾਰ ਵੱਲੋਂ ਆਏਗੀ, ਕੁਛ ਲੋਕ ਆਪ ਮਿਲ ਕੇ ਕੰਮ ਕਰਨਗੇ, ਇਹ ਗੱਲਾਂ ਸੰਭਵ ਨੇ। ਡਾਕਟਰ ਸਾਹਿਬ, ਹੋਰ ਆ ਮੇਰਾ ਕੁਐਸਚਨ, ਬਹੁਤ ਸਾਰੇ ਜਿੰਨੇ ਵਿਦਵਾਨ ਹੈ ਨਾ, ਭਾਵੇਂ ਉਹ ਐਗਰੀਕਲਚਰ ਦੀ ਗੱਲ ਕਰਦੇ ਆ ਤੇ ਚਾਹੇ ਇਕਨੋਮੀ ਦੀ ਗੱਲ ਕਰਦੇ ਆ, ਬਾਰ ਬਾਰ ਇੱਕ ਗੱਲ ਕਹਿੰਦੇ ਆ, ਡਾਇਵਰਸੀਫਿਕੇਸ਼ਨ ਡਾਇਵਰਸੀਫਿਕੇਸ਼ਨ ਡਾਇਵਰਸੀਫਿਕੇਸ਼ਨ, ਜਿਹੜੀ ਉਹਦੀ ਮਾਰਕੀਟਿੰਗ ਆ, ਤੁਸੀਂ ਹੁਣੇ ਸਬਜ਼ੀਆਂ ਦੀ ਗੱਲ ਕਰਕੇ ਹਟੇ ਹੋ ਕਿ ਉਹ 'ਚ ਵੂਮੈਨ ਇਨਵੋਲਵ ਹੋ ਜਾਂਦੀਆਂ, ਕੰਮ ਬੱਚੇ ਵੀ ਕਰ ਸਕਦੇ ਆ। ਐਰਕੀ ਦੀ ਤੁਸੀਂ ਫਸਲ ਦੀ ਹਿਸਾਬ ਲਾ ਲਿਓ, ਮਟਰ ਦੀ ਤੜਾਈ 3 ਰੁਪਏ ਕਿਲੋ ਸੀਗੀ ਤੇ ਮਾਰਕੀਟ 'ਚ ਵੇਖਦਾ ਸੀ ਉਹ 4 ਰੁਪਏ ਕਿਲੋ, 1 ਰੁਪਏ ਕਿਲੋ ਪਿੱਛੇ ਲੋਕੀ ਕੱਟਣ ਦੀ ਬਜਾਏ ਉਹਨੂੰ ਖੇਤਾਂ 'ਚ ਕੱਟ ਕੇ ਪਸ਼ੂਆਂ ਨੂੰ ਚਾਰ ਦਿੱਤਾ ਗਿਆ। ਜਿੰਨਾ ਚਿਰ ਉਹਦੀ ਮਾਰਕੀਟਿੰਗ ਦਾ ਕੋਈ ਪ੍ਰਬੰਧ ਨਹੀਂ ਕਰਦੀ ਸਰਕਾਰ, ਤੇ ਤੁਸੀਂ ਆਪ ਹੀ ਕਿਹਾ ਕਿ ਸੁੱਟਣ ਜਾਂਦੇ ਆ ਕਿਸਾਨ, ਉਹਨਾਂ ਚਿਰ ਕਿਸਾਨ ਕੋਲੋਂ ਇਹ ਤੁੱਕ ਰੱਖਣੀ ਕਿ ਉਹ ਡਾਇਵਰਸੀਫਿਕੇਸ਼ਨ ਕਰਕੇ ਅੱਜ ਕ੍ਰੋਪ ਦੂਜੇ ਪਾਸੇ ਲਾ ਲਏ। ਹੋਰ ਇਹਦੇ ਵਿੱਚ ਬਹੁਤ ਸਾਰੇ ਹੋਰ ਚਾਂਸ ਹੈਗੇ। ਇਹਦੇ ਨਾਲ ਇੱਕ ਸਵਾਲ ਮੇਰਾ ਹੋਰ ਹੈ ਕਿ ਬਾਦਲ ਸਾਹਿਬ ਦੀ ਜਿਹੜੀ ਨੂੰਹ ਹੈ ਉਹ ਸਿਰਫ ਇਸ ਇੰਡਸਟਰੀ ਦੀ ਇੰਚਾਰਜ ਹੈ ਕਿ ਜਿਹੜੀਆਂ ਇਹੋ ਜਿਹੀਆਂ ਫਸਲਾਂ ਹੁੰਦੀਆਂ ਨੇ ਉਸ ਨੂੰ ਕਿਸ ਢੰਗ ਦੇ ਨਾਲ ਅਸੀਂ ਫੂਡ ਪ੍ਰੋਸੈਸਿੰਗ, ਮੈਨੂੰ ਤਾਂ ਨਹੀਂ ਲੱਗਦਾ ਪੰਜਾਬ 'ਚ ਉਹਨੇ 1 ਵੀ ਕਾਰਖਾਨਾ ਲਵਾਇਆ ਹੋਇਆ ਪਿਛਲੇ ਦਿਨ। ਚਲੋ, ਮੇਰਾ ਖਿਆਲ ਆ ਉਹਦੀ ਤਾਂ ਜਿਹੜੀ ਸਮਝ ਹੈ ਅਤੇ ਸਮਰੱਥਾ ਹੈ ਉਹਦੇ 'ਤੇ ਬਹੁਤਾ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ, ਪਰ ਮੇਰਾ ਮਤਲਬ ਇਹ ਪੰਜਾਬ ਦੇ ਵਿੱਚ 10 ਇੰਡਸਟਰੀਆਂ ਲਵਾ ਦੇ ਤੂੰ ਮਿਲ। ਮੈਂ ਤੁਹਾਨੂੰ ਮਟਰ ਬਾਰੇ ਦੱਸਣਾ ਚਾਹੁੰਦਾ ਕਿ ਉਹੀ ਮਟਰ ਜਿਹੜਾ 4 ਰੁਪਏ ਕਿਲੋ ਵਿਕਦਾ ਸੀਗਾ, ਇਸ ਵੇਲੇ ਜਿਹਨਾਂ ਲੋਕਾਂ ਨੇ ਮਟਰ ਕੱਢ ਕੇ ਅਤੇ ਉਹਦੀ ਡੀਹਾਈਡਰੇਸ਼ਨ ਕਰਕੇ ਲਿਫਾਫੇ 'ਚ ਬੰਦ ਕੀਤਾ, ਉਹ 25 ਰੁਪਏ ਕਿਲੋ ਵਿਕ ਰਿਹਾ। ਸੋ ਇਸ ਕਰਕੇ ਗੱਲ ਕੰਪਲੀਟ ਕਰ, ਮੈਂ ਤਾਂ ਪਾਸੀਬਿਲਟੀ ਦੀ ਗੱਲ ਕਰ ਰਿਹਾ ਕਿ ਜੇ ਉਹੀ ਕੰਮ ਪੰਜਾਬ ਦੇ ਵਿੱਚ ਕਿਸਾਨਾਂ ਦੀ ਕੋਈ ਜਥੇਬੰਦੀ ਆਰਗੇਨਾਈਜੇਸ਼ਨ ਜਾਂ ਕੋਈ ਪ੍ਰਾਈਵੇਟ ਸੈਕਟਰ ਰਲ ਕੇ ਕਰ ਲੈਂਦਾ ਅਤੇ ਮਟਰ ਨਾ ਰੁਲਦਾ, ਬਿਲਕੁਲ। ਸੋ ਇਹ ਅੱਜ ਦੇ ਜ਼ਮਾਨੇ 'ਚ ਤੁਸੀਂ ਕੈਨੇਡਾ 'ਚ ਰਹਿ ਰਹੇ ਜੇ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਐਗਰੀਕਲਚਰ ਪ੍ਰੋਡਕਟਸ ਦੀ ਪ੍ਰੋਸੈਸਿੰਗ ਹੋ ਰਹੀ ਹੈ ਔਰ ਪ੍ਰੋਸੈਸਿੰਗ ਦੇ ਨਾਲ ਮਾਰਕੀਟ ਵੀ ਪੈਦਾ ਹੋ ਜਾਂਦੀ ਹੈ। ਸੋ ਇਸ ਕਰਕੇ ਇੱਕ ਪਾਸੇ ਸਰਕਾਰ ਨੂੰ ਉਹਨਾਂ ਦਾ ਹੱਥ ਫੜਨਾ ਚਾਹੀਦਾ, ਦੂਜੇ ਪਾਸੇ ਲੋਕਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਉਸਾਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਉਹ ਜੇ ਕਰੀਏ ਤਾਂ, ਕਿਉਂਕਿ ਕੋਪਰੇਟਿਵ ਡਿਪਾਰਟਮੈਂਟ ਸਰਕਾਰ ਦਾ ਤਗੜਾ ਡਿਪਾਰਟਮੈਂਟ ਹੈ ਪੰਜਾਬ 'ਚ, ਵੱਡਾ ਮਹਿਕਮਾ, ਅਤੇ ਉਹਦੇ 'ਚ ਜੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਜਿਵੇਂ ਹਿਮਾਚਲ 'ਚ ਉਹਨਾਂ ਨੇ ਟ੍ਰੇਨਿੰਗ ਦਿੱਤੀ ਆ, ਤਾਂ ਇਹ ਕੰਮ ਜਿਹੜਾ ਸੰਭਵ ਹੈ। ਔਰ ਇਹ ਸਾਰਾ ਕੰਮ ਸੈਂਟਰ ਗਵਰਨਮੈਂਟ ਨੇ ਨਹੀਂ ਕਰਨਾ, ਕੋਈ ਸੈਂਟਰ ਗਵਰਨਮੈਂਟ ਕਰੇਗੀ, ਕੋਈ ਸਟੇਟ ਗਵਰਨਮੈਂਟ ਨੇ ਕਰਨਾ। ਮਸਲਨ ਦੁੱਧ ਦਾ ਜਿਹੜਾ ਮਾਮਲਾ ਹੈ, ਦੁੱਧ ਵਿੱਚ ਪੰਜਾਬ ਹੈਜ਼ ਡਨ ਵੰਡਰ,
ਗੁਜਰਾਤ ਦਾ ਤਾਂ ਐਵੇਂ ਨਾ ਚੱਲਦਾ, ਜਿੰਨਾ ਅਸੀਂ ਦੁੱਧ ਪ੍ਰੋਡਿਊਸ ਕਰਦੇ ਹਾਂ ਉਹ ਸਾਰਿਆਂ ਦਾ ਸਾਰਾ ਪ੍ਰੋਸੈਸ ਹੋ ਰਿਹਾ, ਔਰ ਇਸ ਕਰਕੇ ਦੁੱਧ ਦੇ ਭਾਅ ਦੇ ਵਿੱਚ ਗਰਮੀਆਂ ਅਤੇ ਸਰਦੀਆਂ 'ਚ ਕੋਈ ਫਰਕ ਨਹੀਂ ਹੈ, ਔਰ ਫੈਟ ਦੇ ਹਿਸਾਬ ਨਾਲ ਵਿਕਦਾ ਹੈਗਾ। ਇਸੇ ਤਰਜ਼ ਦੇ ਉੱਤੇ ਅਸੀਂ ਬਹੁਤ ਸਾਰੇ ਕੋਆਪਰੇਟਿਵ ਸੈਕਟਰ ਅਤੇ ਪ੍ਰਾਈਵੇਟ ਸੈਕਟਰ 'ਚ ਐਗਰੋ ਪ੍ਰੋਸੈਸਿੰਗ ਦੇ ਪਲਾਂਟ ਲਵਾ ਸਕਦੇ ਹਾਂ। ਭੂਤਪੂਰਵ ਜੀ ਮੁੱਖ ਮੰਤਰੀ ਸੀਗੇ, ਉਹਨਾਂ ਦੀ ਨੂੰਹ ਜਿਹੜੀ ਹੈ ਇਸ ਵਕਤ ਹਿੰਦੁਸਤਾਨ ਦੇ ਵਿੱਚ ਮਿਨਿਸਟਰ ਹੈ, ਲੇਕਿਨ ਉਹਨੇ ਪੰਜਾਬ ਦੇ ਵਿੱਚ ਕੋਈ ਐਸਾ ਪ੍ਰੋਸੈਸਿੰਗ ਪਲਾਂਟ ਨਹੀਂ ਲਗਵਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋ ਸਕੇ। ਮੈਨੂੰ ਯਾਦ ਹੈ ਮੋਗਾ ਦੇ ਵਿੱਚ ਨੈਸ ਕੈਫ ਜਿਹੜਾ ਸੀਗਾ, ਅੱਜ ਤੋਂ 50 ਸਾਲ ਪਹਿਲਾਂ ਲੱਗਿਆ ਸੀਗਾ, ਔਰ ਅੱਜ ਵੀ ਉਹ ਇੱਕ ਕਿਸਮ ਦੀ ਐਗਜ਼ੈਂਪਲ ਹੈਗੀ ਹੈ। ਕਿਉਂ ਨਹੀਂ ਉਹ ਜੇ ਕਾਰਖਾਨੇ 100 ਜਾਂ 150 ਜਾਂ 200 ਹੋਰ ਲੱਗ ਗਏ ਪਿਛਲੇ 50 ਸਾਲ ਦੇ ਵਿੱਚ? ਇਹ ਸਾਡੇ ਪੋਲੀਟੀਸ਼ੀਅਨਾਂ ਦੀ ਬੜੀ ਵੱਡੀ ਘਾਟ ਹੈ, ਔਰ ਪੋਲੀਟੀਸ਼ੀਅਨ ਜਿਹੜੇ ਨੇ ਖੁਦ ਕਰਪਟਡ ਨੇ, ਔਰ ਉਹਨਾਂ ਦੇ ਜਿਹੜੇ ਬਿਊਰੋਕਰੇਟਸ ਨੇ ਉਹ ਵੀ ਕਰਪਟਡ ਨੇ, ਔਰ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਜਾ ਕੇ ਉਸ ਕਰਪਸ਼ਨ ਦਾ ਖੁਦ ਹਿੱਸਾ ਬਣ ਜਾਂਦੇ ਨੇ। ਜਦੋਂ ਪੰਜਾਬ ਦੇ ਵਿੱਚ ਚੇਂਜ ਆ ਸਕਦੀ ਸੀ, ਲੋਕਾਂ ਨੇ ਇਹ ਗੱਲ ਕਹਿ ਦਿੱਤੀ ਐਨ ਆਰ ਆਈ ਨੂੰ, ਤੁਹਾਨੂੰ ਕੀ ਪਤਾ, ਕੰਮ ਤਾਂ ਅਸੀਂ ਇੱਥੇ ਕਰਵਾਉਣੇ ਨੇ, ਤੁਸੀਂ ਨਹੀਂ ਕਰਵਾਉਣੇ। ਸੋ ਉਹ ਚੇਂਜ ਜਿਹੜੀ ਆ ਸਕਦੀ ਸੀ, ਚੰਗੀ ਜਾਂ ਮਾੜੀ, ਮੈਂ ਅੱਜ ਵੀ ਇਹ ਸਮਝਦਾ ਕਿ ਉਹ ਸ਼ਾਇਦ ਚੇਂਜ ਐਡੀ ਵਧੀਆ ਨਾ ਹੁੰਦੀ, ਪਰ ਉਹ ਚੇਂਜ ਅਗਰ ਆ ਜਾਂਦੀ ਤਾਂ ਪੰਜਾਬ ਨੂੰ ਇੱਕ ਨਵਾਂ ਮਾਡਲ ਜਿਹੜਾ ਸਾਹਮਣੇ ਨਜ਼ਰ ਆਉਂਦਾ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਬਲਦੇਵ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਡਾਕਟਰ ਸਾਹਿਬ ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਟਾਈਮ ਬੜਾ ਥੋੜ੍ਹਾ ਸੀਗਾ, ਲੇਕਿਨ ਕਰੀਏ ਕਿ ਟਾਈਮ ਦੀ ਮਜਬੂਰੀ ਹਮੇਸ਼ਾ ਹੀ ਰਹਿੰਦੀ ਹੈ। ਔਰ ਅਜੀਤ ਜੀ ਬੱਲੇ, ਥੈਂਕ ਯੂ ਸੋ ਨਾਈਸ ਆਫ ਯੂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੜੀ ਜਲਦੀ ਹੀ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ। ਥੈਂਕ ਯੂ ਵੈਰੀ ਮੱਚ ਫਾਰ ਵਾਚਿੰਗ ਬ੍ਰੇਨ ਬਸਟ ਵਿਦ ਡਾਕਟਰ ਸ਼ਾਰਦਾ ਐਂਡ ਹਰਜੀਤ ਸਿੰਘ ਗਿੱਲ। ਨੰਬਰ 1 ਮਲਟੀਕਲਚਰਲ ਚੈਨਲ, ਦਿਸ ਇਜ਼ ਟੈਗ ਟੀਵੀ।